ਨਿਰਵੈਰ ਟੀਵੀ ਵੱਲੋਂ ਮਨਦੀਪ ਸਿੰਘ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਭਾਗੋ ਜੀ ਦੇ ਬਾਰੇ ਅਸੀਂ ਪੜ੍ਹਿਆ ਵੀ ਹੈ ਔਰ ਸੁਣਿਆ ਵੀ ਹੈ। ਅੱਜ ਅਸੀਂ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੋਂ ਦੇ ਸਨ ਮਾਈ ਭਾਗੋ ਜੀ, ਜਿਨ੍ਹਾਂ ਨੂੰ ਮਾਤਾ ਭਾਗ ਕੌਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਪਿੱਛੇ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ, ਇਸ ਜਗ੍ਹਾ ਦੇ ਉੱਪਰ ਮਾਈ ਭਾਗੋ ਜੀ ਦਾ ਜਨਮ ਹੋਇਆ ਹੈ ਔਰ ਇੱਥੋਂ ਹੀ ਮਾਈ ਭਾਗੋ ਜੀ, ਜਿਹਨੂੰ ਮਾਤਾ ਭਾਗ ਕੌਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਇਸ ਜਗ੍ਹਾ ਦੇ ਉੱਪਰੋਂ ਹੀ ਮਾਤਾ ਜੀ ਜਦੋਂ 40 ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਆ ਗਏ ਸਨ, ਮਾਤਾ ਜੀ ਇੱਥੋਂ ਹੀ ਉਹਨਾਂ 40 ਸਿੰਘਾਂ ਨੂੰ ਪਿੰਡੋ ਪਿੰਡ ਇਕੱਤਰ ਕਰਕੇ ਔਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਕੇ ਗਏ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਪਿੰਡ ਝਬਾਲ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਔਰ ਜਾਣਦੇ ਹਾਂ ਮਾਤਾ ਭਾਗ ਕੌਰ ਜੀ ਦੇ ਇਤਿਹਾਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਦਾਸ ਰਾਜਪਾਲ ਸਿੰਘ ਜੋ ਇੱਥੇ ਸੇਵਾ ਵੀ ਕਰਦੇ ਰਹੇ ਹਾਂ, ਤਾਂ ਇਹ ਜੋ ਪਵਿੱਤਰ ਸਥਾਨ ਹੈ ਇਸ ਮਾਤਾ ਭਾਗ ਕੌਰ ਜੀ ਦਾ ਜਨਮ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਆਪਾਂ ਸਾਰੇ ਖਲੋਤੇ ਹਾਂ। ਮਾਤਾ ਭਾਗ ਕੌਰ ਜੀ ਨੇ ਇੱਥੇ ਆਪਣਾ ਜਨਮ ਜਿਹੜਾ ਸੀ ਉਹ ਲਿਆ ਹੈ, ਜੋ ਕਿ ਬਾਬੇ ਲਗਾਹ ਦੇ ਪਰਿਵਾਰ ਦੇ ਵਿੱਚੋਂ ਹੋਏ ਹਨ। ਬਾਬਾ ਲਗਾਹ ਦਾ ਭਰਾ ਉਹਨਾਂ ਦੀ ਇਹ ਮਾਤਾ ਭਾਗ ਕੌਰ ਜੀ ਪੋਤਰੀ ਸੀ। ਛੋਟੀ ਹੁੰਦੀ ਤੋਂ ਹੀ ਇਹ ਗੁਰਬਾਣੀ ਨਾਲ ਪਿਆਰ ਸੀ ਕੁਛ, ਔਰ ਸ਼ਸਤਰ ਵਿੱਦਿਆ ਵੀ ਇਹ ਸਿੱਖਦੀ ਸੀ, ਘੋੜਸਵਾਰ ਵੀ ਇਹਨੇ ਸਿੱਖਿਆ। ਇਹਨੂੰ ਇਹਦੇ ਮਨ ਦੇ ਵਿੱਚ ਚਾਅ ਸੀ ਗੁਰੂ ਘਰ ਦੀ ਸੇਵਾ ਕਰਨ ਦਾ। ਕੁਝ ਜਦੋਂ ਅਨੰਦਪੁਰ ਸਾਹਿਬ ਨੂੰ ਮੁਗਲ ਬਾਦਸ਼ਾਹ ਅਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ, ਉਸ ਵੇਲੇ ਬਾਹਰੋਂ ਰਾਸ਼ਨ ਜਾਣਾ ਬੰਦ ਹੋ ਗਿਆ ਅਤੇ ਜਿਹੜੇ ਉੱਥੇ ਸਿੰਘ ਰਹਿੰਦੇ ਸੀ ਰਾਸ਼ਨ ਅੰਦਰੋਂ ਮੁੱਕ ਗਿਆ, ਭੁੱਖ ਦੇ ਦੁੱਖੋਂ ਤੰਗ ਆ ਗਏ ਔਰ ਗੁਰੂ ਜੀ ਦਾ ਬਹੁਤ ਸਾਰਾ ਉੱਥੇ ਨੁਕਸਾਨ ਵੀ ਹੋਇਆ। ਅਤੇ ਉਹ ਸਿੰਘ ਜਿਹੜੇ ਸੋ ਕੁਝ ਕਹਿਣ ਲੱਗੇ, ਮਹਾਰਾਜ ਜੀ ਆਪਾਂ ਕਿਲ੍ਹਾ ਖਾਲੀ ਕਰ ਦਈਏ ਅਤੇ ਆਪਾਂ ਇੱਥੋਂ ਹੋਰ ਕਿਤੇ ਚਲੇ ਜਾਈਏ। ਤਾਂ ਉਸ ਗੁਰੂ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣ ਲੱਗੇ ਵੀ ਨਹੀਂ, ਅਜੇ ਕੁਝ ਦਿਨ ਹੋਰ ਛੱਡੋ, ਕਿਲ੍ਹਾ ਆਪਾਂ ਖਾਲੀ ਨਹੀਂ ਕਰਨਾ। ਪਰ ਵਾਰ ਵਾਰ ਪਹਾੜੀ ਰਾਜੇ ਅਤੇ ਮੁਗਲ ਬਾਦਸ਼ਾਹ ਦੇ ਝੂਠੀਆਂ ਸਹੁੰਾਂ ਖਾਣ ਦੇ ਉੱਤੇ, ਕੁਰਾਨ ਸ਼ਰੀਫ ਦੀ ਸਹੁੰ ਖਾਧੀ ਪਹਾੜੀ ਮੁਗਲ ਬਾਦਸ਼ਾਹ ਨੇ, ਉਹਦੀਆਂ ਫੌਜਾਂ ਨੇ ਅਤੇ ਪਹਾੜੀ ਰਾਜਿਆਂ ਨੇ, ਉਹਨਾਂ ਨੇ ਗਊਆਂ ਦੀਆਂ ਸਹੁੰਾਂ ਖਾਧੀਆਂ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਨਿਕਲ ਜਾਓ। ਸਿੰਘ ਫਿਰ ਗਏ ਮਹਾਰਾਜ ਜੀ ਪਾਸ ਵੀ ਉਹ ਸਮਾਂ ਖਾਂਦੇ ਅਤੇ ਆਪਾਂ ਚਲੇ ਜਾਈਏ। ਤਾਂ ਮਹਾਰਾਜ ਜੀ ਕਹਿਣ ਲੱਗੇ ਨੇ ਹੋਰ ਥੋੜ੍ਹੇ ਜਿਹੇ ਦਿਨ ਠਹਿਰੋ। ਉਸ ਵੇਲੇ ਫਿਰ ਸਿੰਘ ਜਿਹੜੇ ਭੁੱਖ ਦੇ ਤੋਂ ਤੰਗ ਆ ਕੇ ਆਉਂਦੇ, ਨਹੀਂ ਜੀ ਅਸੀਂ ਹੋਰ ਇੱਥੇ ਬਹੁਤਾ ਚਿਰ ਨਹੀਂ ਠਹਿਰ ਸਕਦੇ ਅਤੇ ਅਸੀਂ ਇੱਥੋਂ ਚਲੇ ਜਾਣਾ ਵਾ। ਅਤੇ ਮਹਾਰਾਜ ਜੀ ਕਹਿਣ ਲੱਗੇ ਜੇ ਤੁਸੀਂ ਇੱਥੋਂ ਚਲੇ ਜਾਣਾ ਵਾ ਤਾਂ ਆਹ ਕਾਗਜ਼ ਲੈ ਲਓ ਅਤੇ ਸਾਨੂੰ ਲਿਖ ਦਿਓ, ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਉਸ ਵੇਲੇ ਭੁੱਖ ਦੇ ਦੁੱਖੋਂ ਤੰਗ ਆ ਕੇ ਉਹਨਾਂ ਸਿੰਘਾਂ ਨੇ, ਉਹਨਾਂ ਦੀ ਗਿਣਤੀ ਦਾ ਨਹੀਂ ਪਤਾ ਕਿੰਨੇ ਸਨ, ਉਹਨਾਂ ਨੇ ਲਿਖ ਦਿੱਤਾ ਵੀ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਉਹ ਬਦਾਵਾ ਲੈ ਕੇ ਅਤੇ ਘਰਾਂ ਨੂੰ ਰਾਤ ਬਰਾਤੇ ਉਹ ਜਿੰਨੇ ਵੀ ਹੈਗੇ ਸੀ ਉਹ ਇੱਧਰ ਮਾਝੇ ਦੇ ਹੈਗੇ ਸੀ, ਉਹ ਵਾਪਸ ਆ ਗਏ। ਜਦ ਵਾਪਸ ਮਾਝੇ ਵਿੱਚ ਆ ਗਏ, ਗੁਰੂ ਮਹਾਰਾਜ ਜੀ ਨੇ ਉਹ ਜਿਹੜਾ ਬਦਾਵਾ ਸੀ ਆਪਣੇ ਕਮਰ ਕੱਸੇ ਉਹਨਾਂ ਨਾਲ ਬੰਨ੍ਹ ਕੇ ਰੱਖ ਲਿਆ, ਸਾਂਭ ਕੇ ਰੱਖ ਲਿਆ। ਇਹ ਜਦੋਂ ਘਰ ਵਾਪਸ ਆਏ ਤਾਂ ਅੱਗੋਂ ਘਰ ਜਨਾਨੀਆਂ ਨੇ, ਬੀਬੀਆਂ ਨੇ, ਜਿਨ੍ਹਾਂ ਵਿੱਚ ਮਾਤਾ ਭਾਗ ਕੌਰ ਵੀ ਝਬਾਲ ਦੀ ਸ਼ਾਮਲ ਸੀ, ਉਸ ਨੇ ਬਹਾਦਰੀ ਦਿਖਾਈ। ਉਹ ਕਹਿਣ ਲੱਗੀ ਦੱਸੋ ਕੀ ਹਾਲ ਆ ਅਨੰਦਪੁਰ ਸਾਹਿਬ ਦਾ, ਅਤੇ ਉਹਨਾਂ ਆਪਣਾ ਸਾਰਾ ਹਾਲ ਦੱਸ ਕੇ ਵੀ ਅਸੀਂ ਬਦਾਵਾ ਲਿਖ ਕੇ ਗੁਰੂ ਜੀ ਨੂੰ ਆ ਗਏ ਹਾਂ। ਉਸ ਵੇਲੇ ਉਹਦੇ ਮਨ ਦੇ ਵਿੱਚ ਇਹ ਆਈ ਵੀ ਇਹ ਗੁਰੂ ਜੀ ਤੋਂ ਬੇਮੁੱਖ ਹੋ ਕੇ ਆ ਗਏ ਆ, ਇਹਨਾਂ ਮਾਝੇ ਦੀ ਪੱਤ ਜਿਹੜੀ ਅਲਾਹ ਦਿੱਤੀ ਆ। ਅਤੇ ਮਾਤਾ ਭਾਗ ਕੌਰ ਜੀ ਨੇ ਹੋਰ ਵੀ ਜਨਾਨੇ ਆਖਿਆ ਵੀ ਤੁਸੀਂ ਚੂੜੀਆਂ ਪਾ ਲਓ ਸਿੰਘੋ, ਅਤੇ ਅਸੀਂ ਜੰਗ ਵਿੱਚ ਜਾ ਕੇ ਅਤੇ ਲੜਦੀਆਂ ਸ਼ਸਤਰ ਲੈ ਕੇ।
ਉਸ ਵੇਲੇ ਉਹਨਾਂ ਦੀ ਉਹਨਾਂ ਨੂੰ ਜਦੋਂ ਮੰਗਾ ਰਿਹਾ ਤਾਂ ਉਸ ਵੇਲੇ ਉਹ ਵੀ ਮਨ ਦੇ ਵਿੱਚ ਸ਼ਰਮਸਾਰ ਹੋਏ। ਉਸ ਵੇਲੇ ਮਾਤਾ ਭਾਗ ਕੌਰ ਜੀ ਨੇ ਘੋੜਾ ਲਿਆ ਅਤੇ ਸਲਾਹ ਕੀਤੀ ਘਰਦਿਆਂ ਨਾਲ, ਹੱਥ ਵਿੱਚ ਕਿਰਪਾਨ ਫੜੀ ਅਤੇ ਜਿਹੜੇ ਸਿੰਘ ਉੱਥੋਂ ਆਏ ਵੀ ਸੀ ਉਹਨਾਂ ਨੂੰ ਨਾਲ ਲਿਆ ਔਰ ਘੋੜਾ ਫੇਰ ਕੇ ਇਲਾਕੇ ਦੇ ਵਿੱਚ ਜਿਹੜੇ ਉਹ ਸਿੰਘ ਉੱਥੋਂ ਬਦਾਵਾ ਦੇ ਕੇ ਆਏ ਸੀ ਉਹਨਾਂ ਨੂੰ ਇਕੱਠਿਆਂ ਕੀਤਾ, ਦੂਰੋਂ ਨੇੜੋਂ ਜਿੱਥੋਂ ਜਿੱਥੋਂ ਦਾ ਵੀ ਕੋਈ ਹੈਗਾ ਸੀ ਉਹਨਾਂ ਨੂੰ ਇਕੱਠਿਆਂ ਕੀਤਾ, ਕੁਝ ਹੋਰ ਇਸ ਇਲਾਕੇ ਦੇ ਸਿੰਘ ਇਕੱਠੇ ਕਰਕੇ 40 ਸਿੰਘਾਂ ਦਾ ਇੱਕ ਜਥਾ ਬਣਾ ਕੇ ਅਤੇ ਉਸ ਵੇਲੇ ਪੁੱਛਿਆ ਕਿਸੇ ਤੋਂ ਕਿ ਇਸ ਵੇਲੇ ਗੁਰੂ ਜੀ ਮਹਾਰਾਜ ਜੀ ਕਿੱਥੇ ਹੋਣਗੇ, ਅਸੀਂ ਉਹਨਾਂ ਨੂੰ ਜਾ ਕੇ ਮਿਲਣਾ। ਇਤਿਹਾਸ ਨਾਲੋਂ ਨਾਲ ਜਿਹੜਾ ਸੀ ਉਹ ਸਾਰਾ ਪਤਾ ਲੱਗ ਜਾਂਦਾ ਸੀ ਵੀ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਕੇ ਚਲੇ ਗਏ ਨੇ, ਅੱਜ ਰੋਪੜ ਚਲੇ ਗਏ ਨੇ, ਅੱਜ ਚਮਕੌਰ ਚਲੇ ਗਏ, ਚਮਕੌਰ ਉਹਨਾਂ ਦੇ ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ ਨੇ, ਛੋਟੇ ਸਰਹੰਦ ਸ਼ਹੀਦ ਹੋ ਗਏ ਨੇ। ਇਤਨਾ ਸਾਰਾ ਇਤਿਹਾਸ ਜਿਹੜਾ ਸੀ ਪੁੱਛਦੇ ਇਹਨਾਂ ਨੇ ਬੀਬੀ ਮਾਤਾ ਭਾਗ ਕੌਰ ਨੇ, ਇਹਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਜੀ ਇਸ ਵੇਲੇ ਮੁਕਤਸਰ ਪਹੁੰਚ ਗਏ ਨੇ ਔਰ ਉਹਨਾਂ ਦੇ ਨਾਲ ਥੋੜ੍ਹੇ ਸਿੰਘ ਹਨ, ਤਕਰੀਬਨ 20 ਹੋਣ ਜਾਂ 25 ਹੋਣ, ਇੰਨੇ ਕੁ ਸਿੰਘ ਨੇ। ਉੱਧਰੋਂ ਕਿਸੇ ਸੂਬੇ ਸਰਹੰਦ ਨੂੰ ਜਾ ਕੇ ਸੂਹ ਦੇ ਦਿੱਤੀ ਕਿ ਇਸ ਵੇਲੇ ਗੁਰੂ ਮਹਾਰਾਜ ਜੀ ਖਤਰਾਣੇ ਦੀ ਢਾਬ ਦੇ ਉੱਤੇ ਉੱਥੇ ਪਾਣੀ ਦਾ ਆਸਰਾ ਲੈ ਕੇ ਬੈਠੇ ਸੀ, ਕਿਉਂਕਿ ਭਾਅ ਢਾਬ 'ਚੋਂ ਪਾਣੀ ਨਹੀਂ ਸੀ ਮੁੱਕਦਾ, ਉਦੋਂ ਪਾਣੀ ਦੀ ਤਿਲਕ ਸੀ, ਬਾਕੀ ਉਸ ਇਲਾਕੇ ਦੇ ਵਿੱਚ ਪਾਣੀ ਬਹੁਤ ਤਿਲਕ ਸੀ। ਇਹ ਖਤਰਾਣੇ ਢਾਬ ਪਾਣੀ ਦਾ ਉੱਥੋਂ ਆਸਰਾ ਲੈ ਕੇ ਮਹਾਰਾਜ ਜੀ ਉੱਥੇ ਬੈਠੇ ਸੀ। ਜਦੋਂ ਉੱਥੇ ਜਾ ਕੇ ਬੈਠੇ ਅਤੇ ਇਹਨਾਂ ਨੂੰ ਪਤਾ ਲੱਗਾ ਵੀ ਇਹੋ ਜਿਹੇ ਖਤਰਾਣੇ ਦੀ ਢਾਬ 'ਤੇ ਆ, ਮਾਤਾ ਭਾਗ ਕੌਰ ਜੀ ਨੂੰ ਪਤਾ ਲੱਗਾ। ਮਾਤਾ ਭਾਗ ਕੌਰ ਜੀ 40 ਸਿੰਘਾਂ ਨੂੰ ਨਾਲ ਲੈ ਕੇ ਘੋੜ ਸਵਾਰ ਸ਼ਸਤਰ ਵਸਤ ਸਜਾ ਕੇ ਅਤੇ ਬੜੇ ਧੂਮ ਧਾਮ ਦੇ ਨਾਲ ਇਹ ਚੱਲ ਪਏ ਇੱਥੋਂ ਨਾਲ ਲੈ ਕੇ, ਚਲੋ ਗੁਰੂ ਮਹਾਰਾਜ ਜੀ ਦੇ ਕੋਲ ਆਪਾਂ ਚੱਲੀਏ ਅਤੇ ਇਹ ਵਧਾਵਾ ਪੜਵਾਈਏ। ਉਸ ਵੇਲੇ ਜਦੋਂ ਇਹ ਚੱਲੇ ਨੇ ਅਤੇ ਗੁਰੂ ਮਹਾਰਾਜ ਜੀ ਟਿੱਬੀ ਦੇ ਉੱਤੇ ਬੈਠੇ ਖਤਰਾਣੇ ਦੀ ਢਾਬ 'ਤੇ, ਇਹ ਜਿੱਥੇ ਮੁਕਤਸਰ ਦਾ ਗੁਰਦੁਆਰਾ ਜਿੱਥੇ 40 ਮੁਕਤੇ ਸ਼ਹੀਦ ਹੋਏ, ਜਦੋਂ ਇੱਥੇ ਪਹੁੰਚੇ ਅਤੇ ਉੱਧਰੋਂ ਸੂਬਾ ਸਰਹੰਦ ਉਹਨੇ 10,000 ਫੌਜ ਦੇ ਕੇ ਅਤੇ ਇੱਕ ਯੋਧੇ ਨੂੰ ਭੇਜਿਆ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਖਤਰਾਣੇ ਦੀ ਢਾਬ 'ਤੇ ਜੇ ਹੱਥੋਂ ਹੱਥੀ ਉਹਨੂੰ ਫੜ ਕੇ ਮੇਰੇ ਪਾਸ ਲੈ ਆਉਣਾ, ਮਾਰਨਾ ਨੀਗਾ, ਫੜ ਕੇ ਲੈਣਾ। ਇਹ ਜੋ ਫੌਜ ਉਸ ਪਾਣੀ ਨਹੀਂ ਸੀ, ਲਾਮ ਡੋਰ ਸੀ, ਕੋਈ ਪਿੱਛੇ ਰਹਿ ਗਏ ਕੋਈ ਅੱਗੇ ਚਲੇ ਗਏ, 10,000 ਇਕੱਠੇ ਨਹੀਂ ਸੀ, ਥੋੜ੍ਹੇ ਕੋਈ 100-50 ਅੱਗੇ ਲੰਘ ਗਏ, ਬਾਕੀ ਅਜੇ ਪਿੱਛੇ ਸੀ। ਮਾਤਾ ਭਾਗ ਕੌਰ ਜੀ ਦੇ ਨਾਲ 40 ਸਿੰਘ ਸੀ, ਇਹਨਾਂ ਸੋਚਿਆ ਵੀ ਇਹ ਜਿਹੜੇ ਆਪਾਂ ਇੱਥੇ ਹੀ ਮੁਕਾਬਲਾ ਕਰੀਏ, ਇਹਨਾਂ ਨੂੰ ਗੁਰੂ ਮਹਾਰਾਜ ਜੀ ਦੇ ਕੋਲ ਆਪਾਂ ਜਾਨ ਨਹੀਂ ਦੇਣਾ, ਇੱਥੇ ਹੀ ਇਹਨਾਂ ਦਾ ਮੁਕਾਬਲਾ ਕਰੀਏ। ਉਸ ਵੇਲੇ ਮਾਤਾ ਭਾਗ ਕੌਰ ਜੀ ਨੇ ਸਿੰਘਾਂ ਨੂੰ ਮੰਗਾ ਰਿਹਾ ਅਤੇ ਉਹ ਜਿਹੜੇ ਆ ਰਹੇ ਸੀ ਮੁਗਲ ਪਾਤਸ਼ਾਹ ਦੀ ਫੌਜ ਉੱਥੇ ਹੀ ਘੇਰ ਲਿਆ ਜਿੱਥੇ ਮੁਕਤਸਰ ਗੁਰਦੁਆਰਾ ਬਣਿਆ, 40 ਮੁਕਤੇ ਜਿੱਥੇ ਸ਼ਹੀਦ ਹੋਏ ਨੇ, ਉੱਥੇ ਉਹਨਾਂ ਦਾ ਟਾਕਰਾ ਕੀਤਾ ਔਰ ਇਹ 40 ਸਿੰਘਾਂ ਦਾ ਉਹਨਾਂ ਨਾਲ ਕੀ ਮੁਕਾਬਲਾ ਸੀ 10,000 ਫੌਜ ਦੇ ਨਾਲ, ਇਹ 40 ਦੇ 40 ਉੱਥੇ ਸ਼ਹੀਦ ਹੋ ਗਏ। ਬੜਾ ਯੁੱਧ ਵਿਖਾਇਆ ਇਹਨਾਂ। ਉੱਧਰੋਂ ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਮਾਝੇ ਦੇ ਸਿੰਘ ਜਿਹੜੇ ਵਧਾਵਾ ਲੈ ਕੇ ਦੇ ਕੇ ਆਏ ਸੀ ਉਹ ਹੀ ਜਾਪਦੇ ਨੇ, ਉਹਨਾਂ ਉੱਥੋਂ ਟਿੱਬੀ ਤੋਂ ਤੀਰ ਮਾਰਦੇ ਰਹੇ। ਬੜਾ ਭਿਆਨਕ ਯੁੱਧ ਆ, ਸਾਰੇ ਉੱਥੇ ਜਿਹੜੇ ਸ਼ਹੀਦ ਹੋ ਗਏ। ਉਸ ਵੇਲੇ ਮਾਤਾ ਭਾਗ ਕੌਰ ਜੀ ਵੀ ਉੱਥੇ ਡਿੱਗ ਪਏ, ਜੇ ਉੱਧਰੋਂ ਮਹਾਰਾਜ ਜੀ ਫਿਰ ਟਿੱਬੀ ਤੋਂ ਉੱਤਰ ਕੇ ਆਏ ਨੇ, ਉਹਨੇ ਆਣ ਕੇ ਵੇਖਿਆ ਵੀ ਇਹ ਤਾਂ ਉਹ ਮਾਝੇ ਦੇ ਸਿੰਘ ਨੇ, ਉਹ ਆਪਣੇ ਸਾਰਿਆਂ ਸਿੰਘਾਂ ਨੂੰ ਵੇਖਦੇ, ਜਿਹਦੇ ਲਾਗੇ ਇੱਕ ਸਿੰਘ ਦੇ 5 ਮੁਸਲਮਾਨ ਮਰੇ ਪਏ ਸੀ, ਸ਼ਹੀਦ ਹੋਏ ਪਏ ਸੀ, ਕਹਿੰਦੇ ਮੇਰਾ 5,000 ਹੀ ਆ, ਜਿਹਦੇ ਲਾਗੇ 10 ਸੀ, ਇਹ ਮੇਰਾ 10,000, ਇਸ ਤਰ੍ਹਾਂ ਨਾਮ ਦਿੰਦੇ ਰਹੇ। ਖੀਰ ਭਾਈ ਮਾਹ ਸਿੰਘ ਦੇ ਕੋਲ ਗਏ, ਭਾਈ ਮਾਹ ਸਿੰਘ ਦੀਆਂ ਅੱਖਾਂ ਪੂੰਜੀਆਂ, ਉਹਨਾਂ ਦਾ ਸੀਸ ਆਪਣੇ ਗੋਡੇ 'ਤੇ ਰੱਖਿਆ, ਕਹਿੰਦੇ ਭਾਈ ਮਾਹ ਸਿੰਘ ਮੰਗ ਕੀ ਮੰਗਦਾ? ਉਹ ਕਹਿੰਦਾ ਮਹਾਰਾਜ ਜੀ ਧਾਦਾ ਦਿੱਤਾ ਬੜਾ ਕੁਝ, ਇਹ ਜ਼ਿੰਦਗੀ ਦੇ ਦੇਈਏ ਜਾਂ ਰਾਜ ਪਾ, ਇਹਨੇ ਕੁਝ ਨਹੀਂ ਲੈਣਾ। ਭਾਈ ਮਾਹ ਸਿੰਘ ਕਹਿੰਦਾ ਉਹ ਜਿਹੜਾ ਵਧਾਵਾ ਲਿਖ ਕੇ ਦੇ ਕੇ ਆਏ ਉਹ ਪਾੜ ਦਿਓ। ਮਹਾਰਾਜ ਨੇ ਕਮਰ ਕਿਸੇ ਖੋਲ੍ਹਿਆ ਵੀ ਆਹ ਵੇਲਾ ਹਾਂ ਸਾਂਭ ਕੇ ਰੱਖਿਆ ਵਾ, ਅਤੇ ਅਸੀਂ ਇਹ ਤੂੰ ਮਾਝੇ ਦੀ ਰੱਖ ਲਈ ਆ, ਅਤੇ ਉਸ ਵੇਲੇ ਉਹ ਵਧਾਵਾ ਜਿਹੜਾ ਉਹਦੇ ਸਾਹਮਣੇ ਪਾੜ ਦਿੱਤਾ ਅਤੇ ਭਾਈ ਮਾਹ ਸਿੰਘ ਜਿਹੜਾ ਉਹ ਸੱਚਖੰਡ ਨੂੰ ਚਲਿਆ ਗਿਆ। ਮਾਤਾ ਭਾਗ ਕੌਰ ਜੀ ਲਾਗੇ ਪਏ ਸੀ, ਇਹਨਾਂ ਨੂੰ ਜਾ ਕੇ ਹਾਲ ਚਾਲ ਪੁੱਛਿਆ, ਮਲਮ ਪੱਟੀ ਕੀਤੀ, ਇਹਨਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਫਿਰ ਹਜੂਰ ਸਾਹਿਬ ਚਲੇ ਗਏ ਨੇ। ਉੱਥੇ ਫਿਰ ਮਾਤਾ ਭਾਗ ਕੌਰ ਜੀ ਹਜੂਰ ਸਾਹਿਬ ਰਹੇ ਨੇ। ਹਜੂਰ ਸਾਹਿਬ ਉੱਥੇ ਰਹਿੰਦਿਆਂ ਹੀ ਉੱਥੇ ਫਿਰ ਜਦੋਂ ਮਹਾਰਾਜ ਸੱਚਖੰਡ ਨੂੰ ਜਾਂਦੇ ਆ ਨਾ, ਅਤੇ ਬਾਲਾ ਰਾਓ ਅਤੇ ਰੁਸਤਮ ਰਾਜ ਦੋ ਭਰਾ ਸੀ ਮਰਵਾੜ ਦੇ ਰਾਜੇ, ਇਹਨਾਂ ਨੂੰ ਕੈਦ ਕੀਤਾ ਸੀ ਕਿ ਹਕੂਮਤ ਨੇ ਉਸ ਵੇਲੇ ਮੁਸਲਮਾਨਾਂ ਦੀ ਨੇ, ਇਹ ਬੜੀ ਉੱਚੀ ਪਹਾੜੀ ਦੇ ਉੱਤੇ ਕਿਲ੍ਹੇ ਦੇ ਉੱਤੇ ਸੀ। ਮਹਾਰਾਜ ਨੇ ਉੱਤੇ ਘੋੜਾ ਖੜਿਆ ਅਤੇ ਇਹਨਾਂ ਨੂੰ ਉੱਥੋਂ
ਆਖਿਆ ਵੀ ਤੁਸੀਂ ਘੋੜੇ ਦੇ ਦੋਵੇਂ ਬੰਨਿਆਂ ਤੰਗਾਂ ਨੂੰ ਹੱਥ ਪਾ ਲਿਓ, ਤੁਹਾਨੂੰ ਮੈਂ ਹਜ਼ੂਰ ਸਾਹਿਬ ਛੱਡ ਆਉਂਦਾ। ਉਹ ਯਾਦ ਕਰਦੇ ਸੀ ਮਹਾਰਾਜ ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਘੜੀ ਰਾਜਿਆਂ ਨੂੰ 52 ਰਾਜਿਆਂ ਨੂੰ ਛੜਾਇਆ ਸੀ, ਸਾਡੇ 'ਤੇ ਵੀ ਕਿਰਪਾ ਕਰੋ, ਅਰਦਾਸ ਕੀਤੀ ਅਤੇ ਸਾਨੂੰ ਵੀ ਇੱਥੋਂ ਛੜਾਓ। ਗੁਰੂ ਗੋਬਿੰਦ ਸਿੰਘ ਜੀ ਘੋੜਾ ਲੈ ਕੇ ਉੱਚੀ ਪਹਾੜੀ 'ਤੇ ਗਏ, ਉਹ ਦੋਵੇਂ ਜਾਣੇ ਇੱਕ ਨੇ ਉੱਧਰੋਂ ਫੜੀ ਰਵਾਵੇ ਕਿ ਉੱਧਰੋਂ ਉਹਨਾਂ ਨੂੰ ਉਡਾ ਕੇ ਉੱਥੇ ਆਣ ਕੇ ਅਤੇ ਲਾਗੇ ਮੜਵਾੜਿਆ, ਉੱਥੇ ਇਹਨਾਂ ਨੂੰ ਛੱਡ ਗਿਆ। ਉੱਥੋਂ ਫਿਰ ਕਹਿਣ ਲੱਗੇ ਵੀ ਅੱਗੇ ਨਹੀਂ ਇਹ ਜਾਣਾ, ਜੇ ਅਜੇ ਅੱਗੇ ਨਹੀਂ ਜਾਣਾ ਤਾਂ ਉੱਥੋਂ ਫਿਰ ਉਹ ਗਾਂ ਕਿਸੇ ਢੰਗ ਨਾਲ ਉੱਥੇ ਹਜ਼ੂਰ ਸਾਹਿਬ ਪਹੁੰਚੇ। ਹਜ਼ੂਰ ਸਾਹਿਬ ਫਿਰ ਉੱਥੇ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਸਿੱਖਾਂ ਨੂੰ ਵੀ ਸਾਨੂੰ ਤੁਸੀਂ ਜਿਨਵਾੜੇ ਛੱਡ ਕੇ ਆਓ, ਜਿਨਵਾ ਕਰਨਾਟਕ ਦੇ ਵਿੱਚ ਆ, ਉੱਥੇ ਛੱਡ ਕੇ ਆਓ, ਜਿਸ ਨਾਨਕ ਜੀ ਦਾ ਗੁਰਦੁਆਰਾ, ਉੱਥੇ ਹੀ ਛੱਡ ਕੇ ਆਓ। ਕੋਈ ਡਰਦਾ ਉਹਨਾਂ ਨੂੰ ਛੱਡਣ ਨਾ ਜਾਵੇ ਵੀ ਉਹ ਹਕੂਮਤ ਵਾਲੇ ਸਾਨੂੰ ਨਾ ਫੜ ਲੈਣ। ਮਾਤਾ ਭਾਗੋ ਨੇ ਕਿਰਪਾਨ ਫੜੀ ਜਾਂਦੀ, ਚਲੋ ਮੈਂ ਤੁਹਾਨੂੰ ਛੱਡ ਕੇ ਆਉਂਦੀ ਹਾਂ। ਮਾਤਾ ਭਾਗੋ ਨੇ ਕੋਲ ਇੱਕ ਬੰਦੂਕ ਸੀ, ਉਹ ਲਿਖਿਆ ਵਾ ਕਿ 12 ਫੁੱਟੀ ਕਿੰਨੇ ਫੁੱਟੀ ਬੰਦੂਕ ਆ, ਉਹ ਇਹਨੇ ਹੱਥ ਫੜੀ, ਕਿਰਪਾਨ ਫੜੀ, ਇਹ ਫਿਰ ਉਹਨਾਂ ਨੂੰ ਰਸਨ ਰਾਓ ਅਤੇ ਬਾਲਾ ਰਾਓ ਨੂੰ ਜਿਨਵਾੜ ਛੱਡ ਕੇ ਆਈ। ਉਹ ਫਿਰ ਜਿਨਵਾੜ ਦੇ ਜਿਹੜੇ ਰਾਜੇ ਸੀ ਉਹ ਕਹਿਣ ਲੱਗੇ ਮੈਂ ਮਾਤਾ ਤੂੰ ਸਾਡੇ ਕੋਲ ਰਹੋ, ਅਸੀਂ ਤੈਨੂੰ ਜਾਨ ਨਹੀਂ ਗਾ ਦੇਣਾ, ਇੱਥੇ ਰਹੋ ਸਾਡੇ ਕੋਲ ਅਤੇ ਹੀ ਸੇਵਾ ਕਰਾਂਗੇ। ਇਹ ਫਿਰ ਉੱਥੇ ਸੇਵਾ ਕਰਦੀ ਰਹੀ, ਉੱਥੇ ਫਿਰ ਰੋਜ਼ ਉਹਨਾਂ ਦੇ ਕੋਲ ਰਹਿਣਾ ਅਤੇ 4-5 ਮੀਲ ਪੈਂਡਾ ਜਿੱਥੇ ਨਾਨਕੀ ਦਾ ਗੁਰਦੁਆਰਾ ਵਾ, ਉੱਥੇ ਫਿਰ ਆਣ ਕੇ ਇਸ਼ਨਾਨ ਕਰਦੀ ਰਹੀ, ਰੋਜ਼ ਉੱਥੇ ਮੱਥਾ ਟੇਕਦੀ ਰਹੀ, ਗੁਰੂ ਨਾਨਕ ਦੇਵ ਜੀ ਦਾ ਸਥਾਨ ਆ, ਫਿਰ ਉੱਥੇ ਚਲੀ ਜਾਂਦੀ। ਉੱਥੇ ਆਖਰੀ ਟਾਈਮ ਜਿਹੜਾ ਉੱਥੇ ਜਨਵਾੜ ਹੀ ਇਹਦਾ ਫਿਰ ਮਾਤਾ ਦਾ ਹੋਇਆ, ਉੱਥੇ ਹੁਣ ਗੁਰਦੁਆਰਾ ਬਣਿਆ, ਪਹਿਲਾਂ ਤਾਂ ਛੋਟਾ ਜਿਹਾ ਬੁੰਗਾ ਜਿਹਾ ਬਣਿਆ ਸੀ, ਹੁਣ ਬਹੁਤ ਵੱਡਾ ਉੱਥੇ ਸੰਤਾਂ ਨੇ ਗੁਰਦੁਆਰਾ ਬਣਾਤਾ। ਮਾਤਾ ਭਾਗ ਕੌਰ ਆਖਰੀ ਟਾਈਮ ਦੇ ਉੱਥੇ ਹੀ ਰਹੀ, ਅਤੇ ਇੱਥੇ ਹਜ਼ੂਰ ਸਾਹਿਬ ਵੀ ਉਹਦਾ ਲਾਗੇ ਜਿੱਥੇ ਸੱਚਖੰਡ ਆ ਉੱਥੇ ਲਾਗੇ ਪਿਛਲੇ ਬਣੇ ਉਹਨਾਂ ਦਾ ਬੁੰਗਾ ਵਾ, ਇੱਥੇ ਵੀ ਯਾਦਗਾਰ ਹੈਗੀ ਆ। ਹੋਰ ਉਹਦੀਆਂ 2 ਬੰਦੂਕਾਂ ਬਹੁਤ ਵੱਡੀਆਂ 15-15-20-20 ਫੁੱਟ ਹੈਗੀਆਂ ਨੇ, ਉਹ ਉੱਥੇ ਪਈਆਂ ਨੇ ਯਾਦਗਾਰ ਉਹਨਾਂ ਦੀ ਮਾਤਾ ਭਾਗਵਾ ਜੀ। ਸੋ ਇਹ ਬਹੁਤ ਬਹਾਦਰ ਹੋਈ ਆ ਅਤੇ ਪਿੰਡ ਝਬਾਲਦੇ ਹੋਏ ਨੇ, ਇਹ ਉਹਨਾਂ ਦਾ ਇਤਿਹਾਸ ਹੈ, ਉਹਨਾਂ ਬੜੀ ਬਹਾਦਰੀ ਦਿਖਾਈ ਆ।